ਗੱਲ ਕਰੀਏ ਸਭ ਤੋਂ ਪਹਿਲਾਂ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਕੰਮ ਸਟਾਰਟ ਕੀਤੇ ਨੂੰ 5 ਮਹੀਨੇ ਤਕਰੀਬਨ ਹੋ ਗਏ ਜੀ 5 ਮਹੀਨੇ ਸਾਡੇ ਕੰਮ ਸ਼ੁਰੂ ਕੀਤੇ ਨੂੰ ਤੇ ਲੋਕਾਂ ਦਾ ਕਿਵੇਂ ਪਿਆਰ ਮਿਲਦਾ ਜੀ ਬਹੁਤ ਵਧੀਆ ਮਿਲਦਾ ਜੀ ਸਾਰੇ ਖੁਸ਼ ਹੋ ਕੇ ਜਾਂਦੇ ਆ ਜਿਹੜੇ ਵੀ ਆਉਂਦੇ ਆ ਉਹ ਪੀ ਕੇ ਖੁਸ਼ ਹੋ ਕੇ ਜਾਂਦੇ ਆ ਇਹ ਜੀ ਬੱਚਿਆਂ ਨੇ ਕੰਮ ਸ਼ੁਰੂ ਕੀਤਾ ਸੀ ਵੀ ਬਾਹਰ ਜਾਣ ਨਾਲੋਂ ਆਪਾਂ ਇੱਥੇ ਕੋਈ ਕੰਮ ਸ਼ੁਰੂ ਕਰੀਏ ਚਲੋ ਕੰਮ ਸਟਾਰਟ ਕੀਤਾ ਸੀ ਆਮ ਤੌਰ ਤੇ ਆਪਾਂ ਦੇਖਦੇ ਆ ਵੀ ਜਿਹੜਾ ਆਮ ਹੀ ਸਵਾਲ ਉੱਠਦਾ ਵੀ ਲੋਕ ਕੀ ਕਹਿਣਗੇ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਨਹੀਂ ਕੋਈ ਮਨ 'ਚ ਖਿਆਲ ਆਇਆ ਜੀ ਆਇਆ ਜੀ ਜਦੋਂ ਮੈਂ ਪਹਿਲਾਂ ਆਉਣ ਲੱਗਿਆ ਮੈਂ ਵਿੱਚ ਇਹਦੇ ਵੜ ਵਿੱਚ ਹੀ ਆਉਂਦਾ ਰਿਹਾ ਇੱਥੇ ਆ ਕੇ ਬਾਹਰ ਨਿਕਲਦਾ ਸੀ ਇੱਥੋਂ ਹੀ ਵੜ ਜਾਣਾ ਮੈਂ ਅੰਦਰੋਂ ਲੌਕ ਕਰਕੇ ਅਤੇ ਘਰੇ ਜਾ ਕੇ ਨਿਕਲਦਾ ਸੀਗਾ ਵੀ ਕੋਈ ਅਜਿਹਾ ਕੀ ਆਖੂਗਾ ਫਿਰ ਹੌਲੀ 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 ਜਿਵੇਂ ਜਾਂ ਵਿਚਰਦੇ ਗਏ ਇੱਥੇ ਆਉਣ ਲੱਗ ਗਏ ਵਿਚਰਦੇ ਗਏ ਉਵੇਂ ਜਾਣੀ ਫਿਰ ਹੋ ਗਿਆ ਵੀ ਨਹੀਂ ਠੀਕ ਆ ਯਾਰ ਵਧੀਆ ਆਪਦਾ ਕਾਰੋਬਾਰ ਚਲਾਇਆ ਵਾ ਕਿਸੇ ਨਾਲ ਆਪਾਂ ਕਿਹੜਾ ਠੱਗੀ ਢੋਖੀ ਕਰਦੇ ਵਧੀਆ ਹੁਣ ਦੇਖੀਏ ਸੰਤੁਸ਼ਟੀ ਹਾਂਜੀ ਵਧੀਆ ਵਧੀਆ ਖੁਸ਼ ਹਾਂ ਜੀ ਇਸ ਸ਼ੋਪ ਤੇ ਬਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਆਉਂਦੇ ਨੂੰ ਬਹੁਤ ਵਾਰੀ ਆਏ ਆ ਬਾਈ ਨਵੇਂ ਦੇ ਟੱਪ ਦੇ ਇੱਥੇ ਖੜ ਕੇ ਜਾਂਦੇ ਆ ਠੀਕ ਆ ਵਧੀਆ ਚੀਜ਼ ਮਿਲਦੀ ਆ ਥੋੜੀਆਂ ਚੀਜ਼ ਹੁੰਦੀ ਸਰ ਜਿਹਨਾਂ ਚੀਜ਼ ਮਿਲਦੀ ਹਾਂ ਬਿਲਿਓ ਕਹਿੰਦੇ ਹੁੰਦੇ ਆ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦੀ ਇੱਥੇ ਹੀ ਕੈਨੇਡਾ ਅੱਜ ਇੱਕ ਆਪਾਂ ਉਸ ਕਿਸਾਨ ਨਾਲ ਮਿਲਾਉਣ ਲੱਗੇ ਆ ਸਾਨੂੰ ਜਿਹੜੇ ਕਿ ਆਪਣੀ ਖੇਤੀ ਦੇ ਨਾਲ ਆ ਉਹਨਾਂ ਨੇ ਭਗਤੇ ਸ਼ਹਿਰ ਦੇ ਵਿੱਚ ਆਪਣਾ ਸਾਈਡ ਬਿਜ਼ਨਸ ਕਰਿਆ ਵਾ ਆਪਣੇ ਹੀ ਟਰੈਕਟਰ ਟਰਾਲੀ ਤੇ ਜੂਸ ਬਾਰ ਦਾ ਬੜਾ ਵਧੀਆ ਕੰਮ ਕੀਤਾ ਇੱਕ ਸ਼ਲਾਘਾਯੋਗ ਜਿਹੜਾ ਬਾਈ ਜੀ ਹੋਰਾਂ ਦਾ ਕਦਮ ਚੱਕਿਆ ਵਾ ਅਤੇ ਲੋਕਾਂ ਲਈਓਂ ਵੀ ਬੜਾ ਪਿਆਰ ਮਿਲਦਾ ਆਪਣੇ ਨਾਲ ਆ ਕਿਸਾਨ ਭਰਾ ਪਰਮਜੀਤ ਸਿੰਘ ਪਿੰਡ ਸੁਖਾਨੰਦ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਈ ਜੀ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਕੰਮ ਸਟਾਰਟ ਕੀਤੇ ਨੂੰ 5 ਮਹੀਨੇ ਤਕਰੀਬਨ ਹੋ ਗਏ ਜੀ 5 ਮਹੀਨੇ ਸਾਡੇ ਕੰਮ ਸ਼ੁਰੂ ਕੀਤੇ ਨੂੰ ਠੀਕ ਹੈ ਜੀ ਹਾਂਜੀ ਅਤੇ ਕਿਵੇਂ ਮੰਨਦੇ ਹੋ ਤੁਸੀਂ ਲੋਕਾਂ ਦੇ ਕਿਵੇਂ ਪਿਆਰ ਮਿਲਦਾ ਜੀ ਬਹੁਤ ਵਧੀਆ ਮਿਲਦਾ ਜੀ ਸਾਰੇ ਖੁਸ਼ ਹੋ ਕੇ ਜਾਂਦੇ ਆ ਜਿਹੜੇ ਵੀ ਆਉਂਦੇ ਆ ਉਹ ਪੀ ਕੇ ਖੁਸ਼ ਹੋ ਕੇ ਜਾਂਦੇ ਆ ਖੁਸ਼ ਹੋ ਕੇ ਜਾਂਦੇ ਹਾਂਜੀ ਹਾਂਜੀ ਆਪਣੇ ਕੋਲ ਜੇ ਦੇਖੀਏ ਅੱਜ ਜਿਹੜੇ ਜੂਸ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਫਲੇਵਰ ਦਿੰਦੇ ਆ ਜੀ ਆਪਣੇ ਭਰਾਵਾਂ ਨੂੰ ਇਹ ਆਪਣੇ ਜਿਵੇਂ ਆਹ ਹੋ ਗਿਆ ਲੈਮਨ ਹੋ ਗਿਆ ਮਿੰਟ ਹੋ ਗਿਆ ਮੈਂਗੋ ਹੋ ਗਿਆ ਸਟ੍ਰੋਬਰੀ ਹੋ ਗਈ ਚੋਕਲੇਟ ਹੋ ਗਿਆ ਕੌਫੀ ਹੋ ਗਈ ਦੂਜਾ ਅਤੇ ਐਪਲ ਹੋ ਗਿਆ ਐਂ ਜਾਣੀ ਹੈਗੇ ਆ 10-15 ਫਲੇਵਰ ਜਿਹੜੇ ਦੇ ਰਹੇ ਹਾਂ ਠੀਕ ਹੈ ਜੀ ਹੁਣ ਤਾਂ ਨਾਲ ਸ਼ੇਕ ਦਾ ਵੀ ਚਲਾਇਆ ਹੋਇਆ ਅੱਛਾ ਸ਼ੇਕ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਜੇ ਬਾਈ ਜੀ ਆਪਾਂ ਦੇਖੀਏ ਕਿਸਾਨੀ ਤੋਂ ਹਟ ਕੇ ਤੁਸੀਂ ਇਸ ਪਾਸੇ ਆਏ ਹੋ ਨਾ ਇਹ ਕਿਸ ਤਰ੍ਹਾਂ ਖਿਆਲ ਆਇਆ ਵੀ ਯਾਰ ਆਪਾਂ ਖੇਤੀ ਦੇ ਨਾਲ ਨਾਲ ਕੋਈ ਸਾਈਡ ਬਿਜ਼ਨਸ ਸ਼ੁਰੂ ਕਰੀਏ ਇਹ ਜੀ ਬੱਚਿਆਂ ਨੇ ਕੰਮ ਸ਼ੁਰੂ ਕੀਤਾ ਸੀ ਵੀ ਬਾਹਰ ਜਾਣ ਨਾਲੋਂ ਆਪਾਂ ਇੱਥੇ ਕੋਈ ਕੰਮ ਸ਼ੁਰੂ ਕਰੀਏ ਜੀ ਤੇ ਉਹ ਦੂਜਾ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਹੁਣ ਉਹ ਝੋਨੇ 'ਚ ਕਰਕੇ ਤੇ ਹੁਣ ਮੈਨੂੰ ਆਉਣਾ ਪੈਂਦਾ ਤੇ ਨਹੀਂ ਉਹੀ ਚਲਾਉਂਦੇ ਆ ਮੁੰਡੇ ਕੰਮ ਦੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਬਾਈ ਜੀ 20-25 ਲੱਖ ਰੁਪਇਆ ਲਾ ਕੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਨਾ ਕੈਨੇਡਾ ਅਮਰੀਕਾ ਜਿਹੜੀ ਫੋਰਨ ਕੰਟਰੀਆਂ ਦੇ ਵਿੱਚ ਜਾ ਰਹੀ ਆ ਪਰ ਤੁਹਾਡੇ ਬੱਚਿਆਂ ਦੀ ਵੀ ਇੱਥੇ ਆਪਾਂ ਕਹਿ ਦਈਏ ਵੀ ਤਾਰੀਫ ਕਰਨੀ ਬਣਦੀ ਹੈ ਨਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਕੰਮ ਬਹੁਤ ਆਈ ਹੈ ਨਾ ਕੰਮ ਹਾਂਜੀ ਹਾਂਜੀ ਕੰਮ ਬਹੁਤ ਆ ਵੀ ਕੰਮ ਕਰਨ ਵਾਲਾ ਚਾਹੀਦਾ ਪੰਜਾਬ ਦੇ ਵਿੱਚ ਹੀ ਆਪਾਂ ਚੰਗੇ ਇਨਕਮ ਜਿਹੜੀ ਕਮਾ ਸਕਦੇ ਹਾਂ ਹਾਂਜੀ 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 ਅਤੇ ਜੇ ਬਾਈ ਜੀ ਦੇਖੀਏ ਜਦੋਂ ਕੰਮ ਸਟਾਰਟ ਕੀਤਾ ਸੀ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਜਿਹੜਾ ਆਮ ਹੀ ਸਵਾਲ ਉੱਠਦਾ ਵੀ ਲੋਕ ਕੀ ਕਹਿਣਗੇ ਹਾਂਜੀ ਇਸ ਤਰ੍ਹਾਂ ਦਾ ਨਹੀਂ ਕੋਈ ਮਨ 'ਚ ਖਿਆਲ ਆਇਆ ਆਇਆ ਜੀ ਇਸ ਤਰ੍ਹਾਂ ਹੋਇਆ ਵੀ ਅੱਗੇ ਮੈਂ ਵੀਡੀਓ 'ਚ ਦੱਸਿਆ ਸੀ ਜਦੋਂ ਮੈਂ ਪਹਿਲਾਂ ਆਉਣ ਲੱਗਿਆ ਮੈਂ ਵਿੱਚ ਇਹਦੇ ਵੜ ਵਿੱਚ ਹੀ ਆਉਂਦਾ ਰਿਹਾ ਇੱਥੇ ਆ ਕੇ ਬਾਹਰ ਨਿਕਲਦਾ ਸੀ ਇੱਥੋਂ ਹੀ ਵੜ ਜਾਣਾ ਮੈਂ ਅੰਦਰੋਂ ਲੌਕ ਕਰਕੇ ਅਤੇ ਘਰੇ ਜਾ ਕੇ ਨਿਕਲਦਾ ਸੀਗਾ ਵੀ ਕੋਈ ਅਜਿਹਾ ਕੀ ਆਖੂਗਾ ਫਿਰ ਹੌਲੀ 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 ਜਿਵੇਂ ਜਾਂ ਵਿਚਰਦੇ ਗਏ ਇੱਥੇ ਆਉਣ ਲੱਗ ਗਏ ਵਿਚਰਦੇ ਗਏ ਉਵੇਂ ਜਾਣੀ ਫਿਰ ਹੋ ਗਿਆ ਵੀ ਨਹੀਂ ਠੀਕ ਆ ਯਾਰ ਵਧੀਆ ਆਪਦਾ ਕਾਰੋਬਾਰ ਚਲਾਇਆ ਵਾ ਕਿਸੇ ਨਾਲ ਆਪਾਂ ਕਿਹੜਾ ਠੱਗੀ ਢੋਖੀ ਕਰਦੇ ਵਧੀਆ ਫਿਰ ਤੁਸੀਂ ਸਾਰਾ ਚੈੱਕ ਕਰੋ ਵਧੀਆ ਦਿੰਦੇ ਹਾਂ ਅਗਲੇ ਨੂੰ ਸਾਰਾ ਬਣਾ ਕੇ ਹਾਂ ਕੁਆਲਿਟੀ ਬਣਾ ਕੇ ਦੇਈਦਾ ਜੇ ਹੁਣ ਦੇਖੀਏ ਸੰਤੁਸ਼ਟੀ ਹੈ ਮਨ ਖੁਸ਼ਾਂ ਪੂਰੇ ਵਧੀਆ ਵਧੀਆ ਖੁਸ਼ ਹਾਂ ਜੀ ਆਪਣੇ ਨੌਜਵਾਨ ਮਤਲਬ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਵੀ ਇੱਥੇ ਆਪਾਂ ਇਹ ਹੀ ਆ ਵੀ ਇੱਥੇ ਕੰਮ ਚਲਾਓ ਬਾਹਰ ਨਾਲੋਂ ਤੁਸੀਂ ਇੰਨੇ ਬਾਹਰ ਬੁਰਾ ਹਾਲ ਹੋਇਆ ਪਿਆ ਇੱਥੇ ਤੁਸੀਂ ਕੰਮ ਚਲਾਓ ਆਪਦੇ ਇੱਥੇ ਕੰਮ ਚਲਾਉਣ ਦਾ ਕੋਈ ਘਾਟਾ ਨਹੀਂ ਕੰਮ ਚਲਾਓ ਸਹੀ ਇਹ ਨਹੀਂ ਵੀ ਕੰਮ ਚੱਲਦਾ ਨਹੀਂ ਸਾਫ਼ ਸੁਥਰਾ ਅਤੇ ਵਧੀਆ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਸਾਰੇ ਕੰਮ ਚੱਲਦੇ ਆ ਇੱਥੇ ਇੱਕ ਗੱਲ ਹੋਰ ਵੀ ਹੈ ਨਾ ਬਾਈ ਜੀ ਜੇ ਆਪਾਂ ਫੋਰਨ ਦੇ ਵਿੱਚ ਜਾਂਦੇ ਹਾਂ ਨਾ ਉੱਥੇ ਆਪਾਂ ਨੂੰ ਜਿਹੜਾ ਉਹਨਾਂ ਦੀ ਮਰਜ਼ੀ ਉਹ ਕੰਮ ਮਿਲੂਗਾ ਹਾਂਜੀ ਹਾਂਜੀ ਪਰ ਜੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਦੇਖੀਏ ਵੀ ਆਪਣਾ ਜੋ ਦਿਲ ਕਰਦਾ ਨਾ ਆਪਾਂ ਉਹੀ ਕੰਮ ਸਟਾਰਟ ਕਰਦੇ ਹਾਂ ਹਾਂ ਜਿਹੜਾ ਮਰਜ਼ੀ ਕਰੋ ਆਪਦਾ ਕੰਮ ਹੈ ਜਿੰਨਾ ਚਿਰ ਜਿੰਨਾ ਜੀ ਕਰਦਾ ਕਰੋ ਜੀ ਆਪਦਾ ਕੋਈ ਕੰਮ ਵੀ ਵਧੀਆ ਕੰਮ ਜਾਣੀ ਵਧੀਆ ਚੱਲਦਾ ਕੰਮ ਖੇਤੀ ਦੇ ਨਾਲ ਕਿਵੇਂ ਮੰਨਦੇ ਖੇਤੀ ਨਾਲ ਤਾਂ ਬਹੁਤ ਵਧੀਆ ਜਿਵੇਂ ਕਮਾਦ ਵੀ ਸਾਡਾ ਹੋ ਗਿਆ ਸਮਾਨ ਹੀ ਸਾਡਾ ਆਪਦਾ ਨਿੰਬੂ ਪੁਦੀਨਾ ਇਹੋ ਜਿਹਾ ਸਾਰਾ ਕੁਛ ਜਿਹੜੇ ਇਹ ਕੁਛ ਹੈਗੇ ਆ ਇਹ ਤਾਂ ਕੁਛ ਆਪਦੇ ਚੱਲੀ ਜਾਂਦੇ ਆ ਹਾਂਜੀ ਹਾਂਜੀ ਤੇ ਜਿਹੜਾ ਇਹ ਤੁਸੀਂ ਗੰਨਾ ਫਿਰ ਡੀਪ ਫ੍ਰਿਜ ਕਰਕੇ ਰੱਖਦੇ ਹੋ ਹਾਂਜੀ ਹਾਂਜੀ ਫਿਰ ਜੇ ਗੰਨਾ ਕਰਕੇ ਰੱਖਦੇ ਹਾਂ ਇਹ ਜੇ ਠਰਦਾ ਹੈ
इसे जी कोई बर्फ नहीं पाने की लड़ पी ए इसे ना दूजा वधिया अगला वधिया पींदा खुश हो के जिवें बई जी आप देखते हैं आम तौर पर अपने जिहड़े लोगों की सोच होंदी है भी चंगी इनवेस्टमेंट करो कोई उस तो बाद कोई जूस बार का जां फास्ट फूड का कम स्टार्ट करिए आप देख रहे हैं तुसीं अपने ट्रैक्टर ट्राली ते जिहड़ी इह तैयार कीती इह किस तरह ख्याल आया जी इस तरह ही है मुंडिया इह नौजवान उन्हां दा ही है इह उन्हां ने वेख्या कि वीडियो वेखियां सीगियां उत्थों उह कहिंदे भी आप भी कम शुरू करिए उन्होंने काम फिर वेख के एक दो चौं थाई गए उसे पता लिया संदीप नाभा उन्हें फिर दी भी ये चीज़ ठीक है तुम्हें दवा दिना उन्हें जाने बहुत ना सहयोग दिता ठीक है हूँ फिर डेली अप डाउन कर हाँ जी हाँ जी डेली जे आप एक बार अपने भरावान दस दे जी जूस बार लाने भगत शहर कि लाने ये जी आई सी आई सी बैंक आवे नाल ही इतने दूजा इतने लाने अभी अपने जेडे भरा जूस पीन आया उन्होंने भी आप रिव्यू लेने की जेडी तुलना दूजे दुकाना करते हैं ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਭਰਾ ਆਪਣਾ ਬਈ ਪਿੰਡ ਝੱਖੜ ਵਾਲਾ ਝੱਖੜ ਵਾਲਾ ਇਸ ਸ਼ੋਪ ਤੇ ਬਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਆਉਂਦੇ ਨੂੰ ਬਹੁਤ ਵਾਰੀ ਆਏ ਆ ਬਈ ਨੰਗ ਦੇ ਟੱਪ ਦੇ ਇੱਥੇ ਖੜ ਕੇ ਜਾਂਦੇ ਆ ਠੀਕ ਆ ਵਧੀਆ ਚੀਜ਼ ਮਿਲਦੀ ਆ ਓਰੀਜਨਲ ਚੀਜ਼ ਹੁੰਦੀ ਆ ਚੀਜ਼ ਮਿਲਦੀ ਆਮ ਤੌਰ ਤੇ ਜੇ ਆਪਾਂ ਦੇਖੀਏ ਬਈ ਇੱਥੇ ਹੋਰ ਵੀ ਬਹੁਤ ਰੇੜੀਆਂ ਲੱਗਦੀਆਂ ਨੇ ਦੁਕਾਨਾਂ ਲੱਗਦੀਆਂ ਨਾ ਇੱਥੇ ਹੀ ਕਿਉਂ ਆਉਣਾ ਕੀ ਇੱਥੇ ਖਾਸ ਕੀ ਆ ਬੜਾ ਬਈ ਨਜਾਇਜ਼ ਹੀ ਫਰਕ ਆ ਓਰੀਜਨਲ ਚੀਜ਼ ਮਿਲਣੀ ਆ ਇੱਥੇ ਫਲੇਵਰ ਵਾਲੀ ਗੱਲ ਨਹੀਂ ਇੱਥੇ ਜੋ ਚੀਜ਼ ਮੰਗੋਗੇ रेट तो नहीं कोई ज्यादा जी आप दूजे दे सही आ चीज दे हिसाब ना कली कली चीज अगले ने आके रखी है वधिया ठीक है भाई हाँ। जी आपा भाई अपने किसान भरावां ते देखिया ना जिवें बापू जी रहने आपा कहिए भी किसानी दे नाल बहुत वधिया काम कीता एक नौजवानां लई भी चंगा स्रोत है ना किवें मानदे हो जी किसानी दे नाल अपने सारे किसान भरावां नूं इहो जिहा काम शुरू करना चाहीदा बहुत वधिया चीज है पहली गल तां सेहत दा ही फायदा यार चंगी चीज खावांगे चंगे रहांगे है ना बिल्कुल हां दूजीयां चीजां नालों केमिकलां नाल बचदा ठीक है बहुत वधिया चीज जे आपां देखिए वी बापू जी दे काम तों खुश आं पूरे बहुत वधिया चीज है ठीक है भाई ठीक है ना वी आपां दूजे बाई तों वी पुछदे आं भाई सोनू किन्ना टाइम हो गया आउंदिया ने इत्थे ਸਾਨੂੰ ਵੀ ਲਗਭਗ 2 ਮਹੀਨੇ ਦੇ ਕਰੀਬ ਹੋ ਗਿਆ ਹੋਗਾ ਮੇਰਾ ਪਿੰਡ ਜਲਾਲਾ ਠੀਕ ਆ ਅਕਸਰ ਲੰਘਦਾ ਟਾਪ ਦਾ ਇੱਥੇ ਆਉਣਾ ਪਹਿਲਾਂ ਮੈਂ ਭਗਤ ਸਟੱਡੀ ਕਰਦਾ ਹੁੰਦਾ ਸੀ ਉਦੋਂ ਮੈਂ ਆਪਦੇ ਯਾਰਾਂ ਦੋਸਤਾਂ ਆਉਂਦਾ ਸੀਗਾ ਠੀਕ ਆ ਬਈ ਮੈਨੂੰ ਦੱਸ ਪਈ ਸੀ ਮੈਨੂੰ ਵਧੀਆ ਕੁਆਲਿਟੀ ਲੱਗੀ ਟੇਸਟ ਵਧੀਆ ਸੀਗਾ ਤਾਂ ਕਰਕੇ ਤਾਂ ਸਫਾਈ ਸੁਫਾਈ ਵਧੀਆ ਹੈਗੀ ਠੀਕ ਆ ਇਹ ਜਿਹਾ ਆਰਗੈਨਿਕ ਆ ਸਿੱਧਰੀ ਚੰਗੀ ਆ ਤਾਂ ਕਰਕੇ ਇੱਥੇ ਠੀਕ ਆ ਕਿਹੜਾ ਫਲੇਵਰ ਜ਼ਿਆਦਾ ਫਿਰ ਇੱਥੇ ਆ ਕੇ ਪੀ ਕੇ ਜਾਂਦੇ ਆ ਬਈ ਮੇਨ ਬਈ ਆਪਣਾ ਮੈਂਗੋ ਆ ਪਾਈਨਐਪਲ ਠੀਕ ਆ ਬਹੁਤ ਵਧੀਆ ਟੇਸਟ ਹੁੰਦਾ ਕਿਆ ਬਾਤ ਹੈ ਠੀਕ ਆ ਜੇ ਆਪਾਂ ਦੂਜੇ ਪੱਖ ਤੋਂ ਦੇਖੀਏ ਕੋਈ ਰੇਟ ਤਾਂ ਨਹੀਂ ਜ਼ਿਆਦਾ ਜੇ ਕੁਆਲਿਟੀ ਚੰਗੀ ਆ ਕੋਈ ਆਏ ਆ ਵੀ ਰੇਟ ਜ਼ਿਆਦਾ ਨਹੀਂ ਬਈ ਜਿੱਥੇ ਦਾ ਹੁਣ ਕੁਆਲਿਟੀ ਮੰਨ ਦੀ ਗੱਲ ਲੱਗੇ ਗੱਲ ਹੁੰਦੀ ਆ ਕੁਆਲਿਟੀ ਪੈਸੇ ਵੀ ਵੇਖਿਆ ਨਾ ਜਿੱਥੇ ਪਤਾ ਲੱਗਦਾ ਵੀ ਕਿ ਸਵਾਦ ਆਉਂਦਾ ਉੱਥੇ ਜਾ 10-20 ਰੁਪਏ ਵੱਧ ਵੀ ਘੱਟ ਗਿਆ ਨਾ ਠੀਕ ਆ ਦੂਜਿਆਂ ਦੇ ਕਹਿਣ ਨਾਲੋਂ ਆਮ ਵੀ ਸਹੀ ਆ ਵਧੀਆ ਨਾਰਮਲ ਰੇਟ ਆ ਕੋਈ ਜ਼ਿਆਦਾ ਮਹਿੰਗਾ ਨਹੀਂ ਠੀਕ ਆ ਜੇ ਆਪਾਂ ਲਾਸਟ ਦੇ ਵਿੱਚ ਵੀ ਪੁੱਛੀਏ ਵੀ ਬਾਪੂ ਜੀ ਦੇ ਕੰਮ ਤੋਂ ਖੁਸ਼ ਆਂ ਪੂਰੇ ਜਮਾ ਬਈ ਜਮਾ ਸਿਰਾ ਹੋਇਆ ਸਿਰਾ ਲਵਾ ਦਿੰਦੇ ਆ ਜਮਾ ਗੱਲਬਾਤ ਆ ਠੀਕ ਆ ਸੋ ਦੋਸਤੋ ਇਹ ਸੀ ਆਪਣੇ ਭਰਾਵਾਂ ਦਾ ਜਿਹੜਾ ਰਿਵਿਊ ਹੈ ਨਾ ਆਪਾਂ ਇਹ ਨਹੀਂ ਵੀ ਇੱਕ ਪੱਖ ਹੀ ਆਪਾਂ ਚੰਗਾ ਦੇਖੀਏ ਹੈ ਨਾ ਦੂਜੇ ਪਾਸੇ ਆਪਣੇ ਜਿਹੜੇ ਆਪਣੇ ਬਾਪੂ ਜੀ ਦੇ ਕਸਟਮਰ ਆ ਉਹਨਾਂ ਦੀ ਵੀ ਆਪਾਂ ਰਾਏ ਲੈਣੀ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਇੱਕ ਪੱਖ ਚੰਗਾ ਦਿਖਾ ਦਈਏ ਨਾ ਦੂਜੇ ਪਾਸੇ ਕੋਈ ਨਿੰਦੀ ਜਾਵੇ ਪਰ ਇੱਥੇ ਜਿੰਨੇ ਵੀ ਆਪਣੇ ਭਰਾ ਆਏ ਆ ਉਹਨਾਂ ਵੱਲੋਂ ਵੀ ਕਿਹਾ ਵੀ ਬਾਪੂ ਜੀ ਦਾ ਜਿਹੜਾ ਕੰਮ ਬਹੁਤ ਵਧੀਆ ਸਾਫ਼ ਸੁਥਰਾ ਕੰਮ ਆ ਚੰਗਾ ਜਿਹੜੀ ਆਪਾਂ ਕਹੀਏ ਵੀ ਕੁਆਲਿਟੀ ਮਿਲਦੀ ਆ ਸੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ